ਭਾਜੀ ਕੀ ਗੱਲ ਹੋਈ ਜੀ? ਗੱਲ, ਮੈਂ ਨਾ ਆਪਣੇ ਖੇਤਾਂ 'ਚ ਕੰਮ ਕਰਾ ਰਿਹਾ ਸੀ, ਲੰਚ ਟਾਈਮ ਹੋਇਆ, ਲੇਬਰ ਸਾਰੀ ਚੱਲ ਗਈ, ਮੈਂ ਕਿਹਾ ਤੁਸੀਂ ਖਾਣਾ ਖਾਇਆ, ਮੈਂ ਟਰੈਕਟਰਾਂ ਕੋਲ ਖੜ੍ਹਾ ਸੀ, ਇੰਨੀ ਦੇਰ ਨੂੰ ਉੱਥੇ ਬਈਏ ਨਾ ਮੱਛੀਆਂ ਫੜਦੇ ਸੀ, ਮੱਛੀਆਂ ਨੂੰ ਮੈਂ ਬਈਆਂ ਨੂੰ ਕਿਹਾ, ਮੈਂ ਕਿਹਾ ਤੁਸੀਂ ਨਿੱਕੀਆਂ ਨਿੱਕੀਆਂ ਮੱਛੀਆਂ ਫੜਦੇ ਆ ਅਤੇ ਜਾਲ ਕੱਢ ਲਓ, ਉਹਨੇ ਜਾਲ ਕੱਢਿਆ, ਉਹ ਤੁਰ ਪਏ, ਬਈਏ ਤੁਰੇ ਹੀ ਆ ਤਾਂ ਉੱਧਰ ਮੋਟਰਸਾਈਕਲ ਤੇ ਨਾ ਦੋ ਮੋਟਰਸਾਈਕਲ ਕਿਤੇ ਚਾਰ ਜਣੇ ਆਏ, ਪਿੱਛੋਂ ਮੈਂ ਬਈਆਂ ਨਾਲ ਗੱਲ ਕਰਦਾ, ਪਿੱਛੋਂ ਆ ਕੇ ਮੇਰਾ ਮੂੰਹ ਬੰਦ ਕਰ ਲਿਆ, ਇੱਕ ਨੇ ਮੂੰਹ ਬੰਦ ਕਰ ਲਿਆ, ਦੂਜੇ ਨੇ ਮੇਰੀ ਚੈਨੀ ਤੋੜ ਲਈ, ਜਦੋਂ ਚੈਨੀ ਤੋੜੀ ਇੱਕ ਬੰਦਾ ਮੇਰੇ ਹੱਥ ਆ ਗਿਆ, ਅਸੀਂ ਗੁੱਥਮ ਗੁੱਥਾ ਹੋ ਗਏ ਖੇਤ 'ਚ ਚੱਲ ਗਏ, ਜਦੋਂ ਖੇਤ ਦੇ ਵਿੱਚ ਗਏ ਹਾਂ ਮੈਂ ਉਹਨੂੰ ਛੱਡਦਾ ਨਹੀਂ ਸੀ ਪਿਆ, ਉਹ ਜਿਹੜੇ ਤਿੰਨ ਹੋਰ ਸੀਗੇ ਉਹ ਮੇਰੇ ਵਾਲ ਦਾ ਵਾਰ ਕਰਦੇ ਸੀ, ਇੱਥੇ ਮੇਰੇ ਵਾਰ ਮਾਰਿਆ, ਡਾਟ ਮਾਰਿਆ, ਟਾਂਕੇ ਲੱਗੇ, ਪੰਜ ਟਾਂਕੇ ਲੱਗੇ ਆ, ਤਾਂ ਫਿਰ ਵੀ ਨਹੀਂ ਮੈਂ ਛੱਡਿਆ, ਫੋਨ ਨਿਕਲਦਾ, ਮੈਂ ਕਿਹਾ ਮੈਂ ਤੈਨੂੰ ਨਹੀਂ ਕਾਕਾ ਹੁਣ ਛੱਡਦਾ, ਇੰਨੀ ਦੇਰ ਨੂੰ ਉਹਨਾਂ ਨਾ ਇੱਕ ਨੇ ਪਤਾ ਨਹੀਂ ਉਹਨਾਂ ਦੇ ਵਿੱਚੋਂ ਤਿੰਨਾਂ ਦੇ ਵਿੱਚੋਂ ਇੱਕ ਨੇ ਰਿਵੋਲਵਰ ਕੱਢ ਲਿਆ, ਮੈਂ ਦੇਖ ਕੇ ਪਛਾਣ ਸਕਦਾ, ਕਹਿੰਦਾ ਮਾਰਦੇ ਛੱਡਦੇ ਇਹਨੂੰ ਨਹੀਂ ਤਾਂ ਤੇਰੇ ਮੈਂ ਗੋਲੀ ਮਾਰ ਦੇਣੀ, ਨਸ਼ਾ ਕੀਤਾ ਆ ਸੀ ਉਹਨੇ, ਜੇ ਨਾ ਮੈਂ ਛੱਡਦਾ, ਮੈਂ ਇਹੀ ਸੋਚਿਆ, ਮੈਂ ਕਿਹਾ ਨਸ਼ੇੜੀ ਹੈਗੇ ਆ, ਇਹਨਾਂ ਨੇ ਗੋਲੀ ਮਾਰ ਦੇਣੀ, ਮੈਂ ਫਿਰ ਛੱਡ ਦਿੱਤਾ, ਫਿਰ ਬਸ ਉਹ ਮੋਟਰਸਾਈਕਲਾਂ 'ਤੇ ਬੈਠੇ ਉੱਧਰ ਨੂੰ ਚੱਲ ਗਏ, ਇੰਨੀ ਦੇ ਜਦੋਂ ਚੱਲ ਗਏ ਪੰਜ ਚਾਰ ਮਿੰਟ ਬਾਅਦ ਉੱਧਰੋਂ ਨਾ ਮੋਟਰਸਾਈਕਲ 'ਤੇ ਬੰਦਾ ਆਇਆ, ਕਹਿੰਦਾ ਭਾਅ ਜੀ ਤੁਹਾਡੇ ਨਾਲ ਵਾਰਦਾਤ ਕਰਕੇ ਗਏ ਬੰਦੇ, ਮੈਂ ਕਿਹਾ ਉਹ ਮੇਰੇ ਨਾਲ ਹੀ ਗਏ, ਕਹਿੰਦਾ ਇਹ ਬਾਗਪੁਰ ਵੱਲ ਨੂੰ ਮੁੜੇ ਆ, ਬੜੀ ਤੇਜ਼ ਗਏ ਆ, ਮੈਨੂੰ ਤਾਂ ਪਹਿਲਾਂ ਹੀ ਕਹਿੰਦਾ ਸ਼ੱਕ ਸਕਾ ਕਿ ਕੋਈ ਵਾਰਦਾਤ ਕਰਕੇ ਆਏ, ਨਹੀਂ ਲੁੱਟ ਬਹੁਤ ਆ, ਕੋਈ ਰੰਜਿਸ਼ ਨਹੀਂ, ਮੈਂ ਦੇਖੇ ਨਹੀਂ ਉਹ, ਮੈਂ ਕਿਸੇ ਦੇ ਕਰੂੰ, ਇਸ ਵੇਲੇ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ? ਪੁਲਿਸ ਨੂੰ ਫਿਰ ਮੈਂ SHO ਸਾਹਿਬ ਹਰਿਆਣੇ ਵਾਲਿਆਂ ਨੂੰ ਫੋਨ ਕੀਤਾ, ਉਹ ਆ ਗਏ ਮੌਕੇ 'ਤੇ ਆ ਗਏ, ਉਹ ਦਸਾਂ 15 ਮਿੰਟਾਂ ਬਾਅਦ ਆ ਗਏ ਉਹ, ਔਰ ਅੱਜ ਕੱਲ੍ਹ ਜ਼ਿਲ੍ਹਾ ਦੇ ਵਾਈਸ ਪ੍ਰੈਜ਼ੀਡੈਂਟ ਆ, ਉਹ ਆਪਣੇ ਖੇਤਾਂ ਦੇ ਵਿੱਚ ਆਲੂ ਲਗਵਾ ਰਹੇ ਸੀ, ਔਰ ਉਹਨਾਂ ਦੀ ਲੇਬਰ ਲੂਬਰ ਜਿਹੜੇ ਖਾਣਾ ਖਾਣ ਗਈ, ਆਲੂ ਜਿਹੜੇ ਲੱਗੇ ਹੋਏ ਸੀ ਬੀਜ ਉਹਦੀ ਰਾਖੀ 'ਤੇ ਖੜ੍ਹੇ ਸੀ ਇਕੱਲੇ, ਤਾਂ ਚਾਰ ਬੰਦਿਆਂ ਨੇ ਮੋਟਰਸਾਈਕਲਾਂ 'ਤੇ ਆ ਕੇ ਇਹਨਾਂ 'ਤੇ ਹਮਲਾ ਕਰਕੇ ਚੇਨੀ ਖੋਲ੍ਹੀ, ਕੜਾ ਖੋਣ ਦੀ ਕੋਸ਼ਿਸ਼ ਕੀਤੀ ਇਹਨਾਂ ਦੇ ਹਟਾਉਣ 'ਤੇ, ਉਹਨਾਂ ਨੇ ਡਾਂਟ ਮਾਰੇ ਸਿਰ 'ਤੇ, ਔਰ ਇਹਨਾਂ ਨੇ ਇੱਕ ਬੰਦਾ ਫੜ ਵੀ ਲਿਆ, ਫਿਰ ਇਹਨਾਂ ਨੇ ਪਿਸਤੌਲ ਕੱਢ ਲਈ, ਡਰਾ ਕੇ ਇਹਨਾਂ ਤੋਂ ਬੰਦਾ ਛੁਡਾਇਆ। ਮੇਰੇ ਕਹਿਣ ਦਾ ਮਤਲਬ ਇਹ ਘਟਨਾਵਾਂ ਰੋਜ਼ ਸਾਨੂੰ ਪੂਰੇ ਪੰਜਾਬ 'ਚ ਐਸੀਆਂ ਲੁੱਟ ਖੋ ਮਾਰ ਦੀਆਂ ਔਰ ਗੋਲੀਆਂ ਚਲਾਉਣ ਦੀਆਂ ਦਿਖ ਰਹੀਆਂ, ਇਹਨਾਂ 'ਚ ਨਿਰੰਤਰ ਬਢੋਤਰੀ ਹੋ ਰਹੀ ਆ, ਔਰ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਰੋਕ ਜਾਂ ਕੁਛ ਨਹੀਂ ਲੱਗ ਰਿਹਾ, ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ, ਲੋਅ ਐਂਡ ਆਰਡਰ ਦੀ ਸਥਿਤੀ ਸੀ, ਜੇ ਇੱਦਾਂ ਦੇ ਕੁਛ ਬੰਦਿਆਂ ਨੂੰ ਫੜ ਕੇ ਉਹਨਾਂ ਨੂੰ ਐਗਜ਼ਾਮਪਲਰੀ ਸਜ਼ਾ ਦਿੱਤੀਆਂ ਜਾਣ ਜਾਂ ਕਾਰਵਾਈ ਕੀਤੀ ਜਾਵੇ, ਤਾਂ ਹੀ ਇਹ ਕ੍ਰਾਈਮ ਜਿਹੜੇ ਇੱਦਾਂ ਦੇ ਹੈਗੇ ਆ। ਔਰ ਇਸ ਵੇਲੇ ਪੂਰੇ ਪੰਜਾਬ 'ਚ ਬੜਾ ਖੌਫ ਦਾ ਮੰਜ਼ਰ ਆ, ਕੋਈ ਕਿਤੇ ਵੀ ਸੇਫ ਨਹੀਂ ਆ, ਆਪਣੇ ਕੰਮ ਕਾਰ ਜਾਵੇ ਉੱਥੇ ਤਾਂ ਚਲੋ ਬਾਹਰ ਸੜਕ 'ਤੇ ਤਾਂ ਕਹਿ ਸਕਦੇ ਹਾਂ ਚਲੋ ਲੁਟੇਰੇ ਮਿਲ ਗਏ, ਘਰਾਂ ਦੇ ਵਿੱਚ ਆ ਕੇ ਖੇਤਾਂ ਦੇ ਵਿੱਚ ਆ ਕੇ ਇਹ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ, ਇਹ ਪੰਜਾਬ ਵਾਸਤੇ ਵੀ ਬਹੁਤ ਮਾੜੀ ਗੱਲ ਆ, ਔਰ ਇੱਥੇ ਦੇ ਲੋਕ ਵੀ ਜਿਹੜੇ ਆ ਮਹਿਸੂਸ ਕਰਦੇ ਕਿ ਪੰਜਾਬ ਜਿਹੜਾ ਹੁਣ ਦਿਨ ਬ ਦਿਨ ਇਹ ਲੈਣ ਵਾਲੇ ਕਾਬਲ ਸਟੇਟ ਨਹੀਂ ਬਣਦਾ ਜਾ ਰਿਹਾ, ਔਰ ਸਰਕਾਰ ਬਿਲਕੁਲ ਇਸ ਮਾਮਲੇ ਦੇ ਵਿੱਚ ਬਿਲਕੁਲ ਅਸਫਲ ਸਾਬਤ ਹੋਈ ਆ ਇਹਨੂੰ ਰੋਕਣਾ, ਅਤੇ ਮੈਂ ਤਾਂ ਇਹੋ ਕਹਾਂਗਾ ਭਗਵੰਤ ਮਾਨ ਜੀ ਨੂੰ ਬਈ ਬਾਕੀ ਸਾਰੀਆਂ ਪ੍ਰਾਪਰਟੀ ਛੱਡ ਕੇ ਸੂਬੇ 'ਚ ਲੋਅ ਐਂਡ ਆਰਡਰ ਦੀ ਜਿਹੜੀ ਆ ਸਥਿਤੀ ਉਹਨੂੰ ਠੀਕ ਕਰਾਓ, ਜੇ ਲੋਅ ਐਂਡ ਆਰਡਰ ਦਾ ਤਾਂ ਸਭ ਕੁਝ ਠੀਕ ਚੱਲ ਜਾਂਦਾ, ਜੇ ਲੋਅ ਐਂਡ ਆਰਡਰ ਨਹੀਂ ਤਾਂ
ਕੋਈ ਕਾਰੋਬਾਰ ਨਹੀਂ, ਕੋਈ ਇੰਡਸਟਰੀ ਨਹੀਂ, ਕੋਈ ਲੋਕਾਂ ਨੂੰ ਸੁੱਖ ਚੈਨ ਦੀ ਨੀਂਦ ਨਹੀਂ। ਸੋ ਜਦ ਤੱਕ ਇਹ ਠੀਕ ਨਹੀਂ ਹੁੰਦਾ ਤਦ ਤੱਕ ਇਹ ਸੂਬੇ ਦੇ ਵਿੱਚ ਰਹਿਣਾ ਲੋਕਾਂ ਦਾ ਮਹਾਨ ਇਸ ਮੈਂ ਬਾਬਾ ਪੁੱਤਰ ਕੁਵਾਰਗੰਜ ਬਾਜੀ ਅੱਜੋਵਾਲ ਆਪਣੇ ਖੇਤਾਂ ਵਿੱਚ ਆਲੂ ਬੀਜ ਰਿਹਾ ਸੀ। ਇਹਦੇ ਜਿਹੜੇ ਟਰੈਕਟਰ ਵਾਲੇ ਡਰਾਈਵਰ ਸੀ ਉਹ ਆਪਣੀ ਰੋਟੀ ਖਾਣ ਲਈ ਘਰ ਨੂੰ ਚਲ ਗਿਆ, ਮਗਰ ਚਾਰ ਨਾਮਲੂਮ ਵਿਅਕਤੀ ਆਏ। ਉਹਨੇ ਪਹਿਲਾਂ ਉਹਦੀ ਗੱਲ 'ਚ ਚੱਲ ਲਿਆ, ਇੱਕ ਨੂੰ ਫੜ ਲਿਆ ਉਹਨੇ, ਜਦੋਂ ਉਹਨੂੰ ਛਡਾਉਣ ਲਈ ਦੂਜਿਆਂ ਉਹਨੇ ਆਪਣੇ ਸੈਟ ਦਾਤ ਮਾਰਤਾ, ਬਾਕੀ ਨੇ ਦੂਜੀਆਂ ਹੱਥਾਂ ਮਾਰ ਦਿੱਤਾ। ਕੀ ਸਰ ਲੱਗਦਾ ਤੁਹਾਨੂੰ ਮੌਕੇ 'ਤੇ ਜਿਹੜੀ ਇਹ ਵਾਰਦਾਤ ਲੁਟੇਰ ਅਜੇ ਤੱਕ ਦਾ ਨਾਮਲੂਮ ਵਿਅਕਤੀ ਦੱਸ ਰਿਹਾ, ਬਾਕੀ ਤਸਦੀਕ ਕਰਨ ਚੱਲੇ ਮੌਕਾ ਜੀ? ਕੁਛ ਖੋ ਖੋ ਕੇ ਵੀ ਲੈ ਗਏ ਜੀ? ਚੈਨ ਨਹੀਂ ਖੋ ਕੇ ਸੁਣ ਲਿਆ। ਕੋਈ ਗਨ ਪੁਆਇੰਟ ਦੀ ਵੀ ਗੱਲ ਆਈ ਹੈ ਵਿੱਚ ਜੀ? ਵਿੱਚ ਇਹ 10 ਰਿਵਾਲਵਰ ਸੀ ਮੈਂ ਕੋਲ ਰਿਵਾਲਵਰ ਜੀ। ਹਮਾਰੇ ਕੋਚਿੰਗ ਇੰਸਟੀਟਿਊਟ ਮੇ ਬੋਥ ਸਕੂਲਿੰਗ ਐਂਡ ਕੋਚਿੰਗ ਫੈਸਿਲਿਟੀ ਕੋ ਲੇਂਗੇ, ਉਨਕੋ ਕੋਈ ਵੀ ਐਕਸਟਰਾ ਟਿਊਸ਼ਨ ਜਾਂ ਕੋਚਿੰਗ ਲੈਣੇ ਕੀ ਜ਼ਰੂਰਤ ਨਹੀਂ ਪੜੇਗੀ। ਉਨਕਾ ਸਮੇਂ ਔਰ ਉਨਕਾ ਪੈਸਾ ਦੋਨੋਂ ਹਮਾਰੇ ਸਾਥ ਐਡਮਿਸ਼ਨ ਲੈਣੇ ਪੇ ਬਚ ਸਕਤਾ ਹੈ।